श्रोमणी अकाली दल ने अपने पार्टी ऑफिस चंडीगढ़ विखे एक कॉन्फ्रेंस की जिस विच मुख रूप विच किसानों नू सीधी अदायगी बारे जिक्र किया गया। अज खेचल इस करके दिती है कि केंद्र सरकार वालों सीधी अदायगी दे मामले दे विच पंजाब सरकार नू कोरी ना जिहड़ी कीती आ उन्हें जिथे केंद्र सरकार दे पंजाब प्रति सख्ती ते किड़ कढ़न दे वर्ताव नू स्पष्ट किया उत्थे पंजाब सरकार ते केंद्र दी मिली भुगत भी जग जाहिर हुई आ। पंजाब दे वजीरां दी केंद्रीय मंत्री पीयूष गोयल नाल होई मीटिंग तो बाहर आउंदिआं जिस तरह के प्रभाव पंजाब दे मंत्रियों वालों दिते गए खास तौर पर वित्त मंत्री जी वालों दिते गए वह तो स्पष्ट सी कि यह पहले ही तय हो चुका सी पहला ही पंजाब सरकार जाणू सी। सानू इस गल का इतराज आ कि कैप्टन अमरिंदर सिंह होरां ने आड़ती भाईचारे नू भुलेखे च रखिया किसान भाईचारे नू भुलेखे च रखिया मीटिंगां लईयां गईयां किसानां नाल आड़तियां नाल सिर्फ दिखावे मात्र हवा च तीर ते फोके दलासे दे के समां कढ़िया गया और इन्हां दी केंद्र नाल मिली भुगत जग जाहर होई जदों इह गल स्पष्ट होई कि पिछले साल भी ये वादा लिखती तौर पर मन के आए थे पीयूष गोयल जी ने जदों आमो सामने गल की उदों पिछले साल भी लिख के दे के आए थे। इस करके पंजाब सरकार कैप्टन अमरिंदर सिंह ते इन्हां दे मंत्री झिझकते सी झेप खांदे सी शरमाउंदे सी केंद्र नाल गलबात करन तों और दुख इस गल दा कि इस तरह की ड्रामेबाजी इस तरह की शोशेबाजी पंजाब दे लोकां नाल सत्ता हासिल कर ली तां कैप्टन अमरिंदर सिंह ने खेडी खेडी हुण किसानां ते आड़तियां नाल भी खेडणी शुरू कीती आ। साडी इह मंग आ कि इह इस तरह की गल जिहड़ी आ इह आपसी रिश्तियां च फर्क पाएगी किसानी ते आड़तियां दा आपसी टकराव कराउण ਦੀ ਇੱਕ ਸਾਜ਼ਿਸ਼ ਆ ਜਿਹੜੀ ਬੜੀ ਖਤਰਨਾਕ ਸਾਜ਼ਿਸ਼ ਆ। ਪੁਰਾਣੇ ਰਿਸ਼ਤੇ ਜਿਹੜੇ ਆੜ੍ਹਤੀ ਅਤੇ ਕਿਸਾਨ ਦੇ ਉਹਨਾਂ 'ਚ ਵੀ ਵਿਵਾਦ ਖੜ੍ਹਾ ਕਰਨਾ ਜ਼ਹਿਰ ਘੋਲਣਾ ਅਤੇ ਕਿਸਾਨਾਂ ਨੂੰ ਫਸਲ ਦੇ ਮੌਕੇ ਪਰੇਸ਼ਾਨ ਕਰਨਾ ਮਤਲਬ ਦੁੱਖ ਇਸ ਗੱਲ ਦਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਿਹੜੀ ਆ ਦਿੱਲੀ ਦੇ ਕੁਹਾੜੇ ਦਾ ਦਸਤਾ ਬਣ ਕੇ ਕੰਮ ਕਰ ਰਹੀ ਆ। ਅੱਜ ਜਦੋਂ ਖੇਤਾਂ ਵਿੱਚੋਂ ਕਣਕ ਕੱਟ ਕੇ ਮੰਡੀਆਂ ਵਿੱਚ ਆ ਗਈ ਉਦੋਂ ਇਹ ਮਸਲੇ ਸਾਹਮਣੇ ਆ ਰਹੇ ਨੇ ਜਦੋਂ ਕਿ ਮਸਲੇ ਪਹਿਲਾਂ ਹੱਲ ਹੋਣੇ ਚਾਹੀਦੇ ਸੀ ਸੌਟ ਆਊਟ ਹੋਣੇ ਚਾਹੀਦੇ ਸੀ ਜਿਹੜੇ ਨਹੀਂ ਕੀਤੇ ਗਏ ਔਰ ਸਾਨੂੰ ਇਸ ਗੱਲ ਦਾ ਵੀ ਦੁੱਖ ਆ ਕਿ ਸਾਡੇ ਗਵਾਂਢ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਣਕ ਵਿਕ ਰਹੀ ਅੱਠ ਨੌ ਦਿਨਾਂ ਤੋਂ ਹਰਿਆਣੇ 'ਚ ਇੱਕ ਤਰੀਕ ਤੋਂ ਅਤੇ ਪੰਜਾਬ ਦੇ ਵਿੱਚ ਅਜੇ ਦਾਣਾ ਨਹੀਂ ਵਿਕਿਆ ਦਸ ਦਿਨ ਲੇਟ ਕਰਤੀ ਖਰੀਦ ਦਸ ਦਿਨ ਕਣਕ ਦੀ ਖਰੀਦ ਵੀ ਲੇਟ ਕਰਤੀ ਪਰ ਅਜੇ ਤੱਕ ਖਰੀਦ ਦੇ ਪ੍ਰਬੰਧ ਵੀ ਕੋਈ ਨਹੀਂ ਹੋਏ। ਅਸੀਂ ਮੰਡੀਆਂ ਵੀ ਜਾ ਕੇ ਆਏ ਹਾਂ ਦੋ ਤਿੰਨ ਦਿਨਾਂ 'ਚ ਦੇਖਿਆ ਆੜ੍ਹਤੀ ਕਹਿ ਰਹੇ ਨੇ ਵੀ ਅਜੇ ਬਾਰਦਾਨੇ ਦੀ ਬੋਰੀ ਨਹੀਂ ਆਈ ਕਿਸੇ ਮੰਡੀ ਦੇ ਵਿੱਚ ਔਰ ਇਹ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਕਿ ਬਾਰਿਸ਼ ਦਾ ਮੌਸਮ ਸੀ ਕਿਸਾਨਾਂ ਨੇ ਫਸਲ ਕੱਟ ਲਈ ਅਤੇ ਟਰਾਲੀਆਂ ਖਾਲੀ ਨਹੀਂ ਕਰਨ ਦਿੱਤੀਆਂ ਗਈਆਂ ਮੰਡੀਆਂ ਦੇ ਵਿੱਚ ਜਿਹੜੀਆਂ ਯਾਰਡ ਨੇ ਜਾਂ ਸ਼ੈੱਡ ਨੇ ਇਹ ਕਿਸਾਨਾਂ ਦੀ ਜਾਇਦਾਦ ਆ ਕਿਸਾਨਾਂ ਦੀ ਫਸਲ ਤੋਂ ਉਗਰਾਹੇ ਟੈਕਸ ਜਿਹੜੇ ਨੇ ਉਹਨਾਂ ਤੋਂ ਬਣੇ ਫੜ ਨੇ ਉਹਨਾਂ ਤੋਂ ਬਣੇ ਸ਼ੈੱਡ ਨੇ ਉਹਨਾਂ ਵਿੱਚ ਕਿਸਾਨਾਂ ਦੀ ਫਸਲ ਵੀ ਉੱਤਰ ਨਹੀਂ ਦਿੱਤੀ ਗਈ ਮਤਲਬ ਸਰਾਸਰ ਧੱਕਾ ਜਿਵੇਂ ਇੱਕ ਪਾਸੇ ਕੇਂਦਰ ਧੱਕਾ ਕਰ ਰਿਹਾ ਦੂਜੇ ਪਾਸੇ ਪੰਜਾਬ ਸਰਕਾਰ ਸਰੇਆਮ ਧੱਕਾ ਕਰੀ ਜਾ ਰਹੀ ਆ। ਅੱਜ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਆ ਕਿ ਕਿਸਾਨੀ ਸੰਘਰਸ਼ ਦਾ ਲਾਹਾ ਲੈਣ ਲਈ ਕਿਸਾਨੀ ਨੂੰ ਹੋਰ ਚੁੰਡਿਆ ਜਾ ਰਿਹਾ ਕਿਸਾਨੀ 'ਤੇ ਹੋਰ ਦਬਾਅ ਪਾਏ ਜਾ ਰਹੇ ਨੇ ਡੀਜ਼ਲ ਪੈਟਰੋਲ 'ਤੇ ਸੈਸਲਾ ਤਾ ਡੀਜ਼ਲ ਪੈਟਰੋਲ ਪਹਿਲਾਂ ਹੀ ਮਹਿੰਗਾ ਸੀ
ਪਹਿਲਾਂ ਹੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਵੈਟ ਜੇ ਕਿਸੇ ਸਟੇਟ ਦਾ ਸੀ ਡੀਜ਼ਲ ਪੈਟਰੋਲ ਤੇ ਪੰਜਾਬ ਦਾ ਸੀ, ਤੇ ਹੁਣ ਉੱਤੇ 25 ਪੈਸੇ ਸੈਸ ਲਾਤਾ ਇਨਫਰਾਸਟਰਕਚਰ ਸੈਸ, ਇਹ ਵੀ ਕਿਸਾਨੀ ਤੇ ਬੋਝ। ਫਿਰ ਸਟੈਂਪ ਡਿਊਟੀ ਉਹਦੇ 'ਤੇ ਸੈਸ ਲਾਤਾ, ਉਹ ਵੀ ਕਿਸਾਨੀ ਤੇ ਬੋਝ। ਜਾਣੀ ਕਿਸਾਨੀ ਸੰਘਰਸ਼ ਵਿੱਚ ਰੁੱਝੇ ਹੋਏ ਕਿਸਾਨਾਂ ਦਾ ਲਾਹਾ ਲੈਣ ਲਈ ਕਿਸਾਨੀ ਦੇ ਜੇਬਾਂ 'ਤੇ ਬੋਝ ਪਾਇਆ ਜਾ ਰਿਹਾ, ਜਿਹੜਾ ਬੜਾ ਖਤਰਨਾਕ ਆ। ਉੱਧਰ ਕੇਂਦਰ ਸਰਕਾਰ ਦੱਬੀ ਜਾ ਰਹੀ ਹੈ ਕੰਮ, ਕੇਂਦਰ ਸਰਕਾਰ ਨੇ ਖਾਦ ਦੀਆਂ ਕੀਮਤਾਂ ਵਧਾ ਤੀਆਂ। ਹੁਣ ਜਿਹੜਾ 1200 ਰੁਪਏ ਨੂੰ ਸੀ DAP, ਉਹ 1980 ਨੂੰ ਹੋ ਗਿਆ ਥੈਲਾ। ਜਿਹੜਾ 300-400 ਰੁਪਏ ਨੂੰ ਯੂਰੀਆ ਸੀ, ਅੱਜ 1200 ਨੂੰ ਹੋ ਗਿਆ ਯੂਰੀਆ ਦਾ ਥੈਲਾ। ਇਹ ਜਿਹੜੀ ਸਿੱਧੀ ਮਤਲਬ ਸਬਸਿਡੀ ਆ ਖਾਦ ਦੇ ਮਾਮਲੇ ਵਿੱਚ, ਇਹ ਵੀ ਨਵੇਂ ਵਿਵਾਦ ਖੜ੍ਹੇ ਕਰੇਗੀ। ਭਾਵੇਂ 6 ਮਹੀਨੇ ਲਈ ਫਰਦਾਂ ਜਿਹੜੀਆਂ ਨੇ ਜਮ੍ਹਾਂ ਕਰਾਉਣ ਦਾ ਮੌਕਾ ਦੇ ਤਾ, 6 ਮਹੀਨੇ ਹੋਰ ਮੋਹਲਤ ਦੇ ਤੀ, ਪਰ ਸਾਡਾ ਦੋਸ਼ ਆ ਅਕਾਲੀ ਦਲ ਦਾ ਕਿ ਪੰਜਾਬ ਸਰਕਾਰ ਨੂੰ ਇਸ ਮਸਲੇ 'ਤੇ ਸਿਧਾਂਤਕ ਲੜਾਈ ਲੜਨੀ ਚਾਹੀਦੀ ਸੀ। ਪੰਜਾਬ ਸਰਕਾਰ ਨੂੰ ਦਲੀਲ ਨਾਲ ਗੱਲ ਕਰਕੇ ਇਹ ਮਸਲਾ ਸੌਟ ਆਊਟ ਕਰਨਾ ਚਾਹੀਦਾ ਸੀ, ਕਿਉਂਕਿ ਜੇ ਫਰਦਾਂ ਜਮ੍ਹਾਂ ਕਰਾਉਣ ਦਾ ਮਤਲਬ ਹੋਏਗਾ, ਜੇ ਖਾਦ ਦੀ ਸਬਸਿਡੀ ਆ ਇਹ ਜ਼ਮੀਨ ਦੇ ਮਾਲਕ ਕੋਲ ਜਾਏਗੀ, ਜਿਹੜਾ ਠੇਕੇ 'ਤੇ ਲੈਂਦਾ ਜ਼ਮੀਨ ਉਹ ਖਾਦ ਉਹ ਪਾਏਗਾ, ਅਤੇ ਖਾਦ ਦੀ ਸਬਸਿਡੀ ਮਾਲਕ ਦੇ ਕੋਲ ਜਾਏਗੀ। ਕਿੰਨੇ NRIs ਲੋਕ ਨੇ, ਕਿੰਨੇ ਇੰਪਲਾਈਜ਼ ਨੇ, ਕਿੰਨੇ ਲੋਕ ਜਿਹੜੇ ਜ਼ਮੀਨਾਂ ਠੇਕੇ ਦਿੰਦੇ ਨੇ, ਅਤੇ ਛੋਟੇ ਕਾਸ਼ਤਕਾਰ ਜਿਹੜੇ ਜ਼ਿਮੀਂਦਾਰ ਨੇ, ਉਹ ਬਹੁਤ ਆਪਸੀ ਟਕਰਾਅ ਵੱਧ ਜਾਣਗੇ ਇੱਕ ਦੂਜੇ ਨਾਲ। ਅੱਗੇ ਨੂੰ ਜ਼ਮੀਨਾਂ ਠੇਕੇ 'ਤੇ ਕਿਸੇ ਨੇ ਦੇਣੀਆਂ ਨਹੀਂ, ਲੜਾਈ ਝਗੜੇ ਵਧਣਗੇ। ਇਹ ਲੋਕਾਂ ਵਿੱਚ ਜਾਣੀ ਖਾਨਾ ਜੰਗੀ ਕਰਾਉਣ ਲਈ, ਲੋਕਾਂ ਵਿੱਚ ਵਿਵਾਦ ਖੜ੍ਹੇ ਕਰਨ ਲਈ ਇੱਕ ਸਾਹਸੀ ਤਰੀਕੇ ਨਾਲ ਨਵੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ। ਔਰ ਦੁੱਖ ਇਸ ਗੱਲ ਦਾ ਕਿ ਪੰਜਾਬ ਸਰਕਾਰ ਸਾਰਾ ਕੁਛ ਸਾਹਮਣੇ ਦੇਖਦੇ ਹੋਏ ਵੀ ਚੁੱਪ ਕਰੀ ਬੈਠੀ ਆ, ਕਿਸੇ ਝੇਪ 'ਚ ਲੱਗਦੀ ਆ, ਕਿਸੇ ਸ਼ਰਮ ਦਬਾਅ ਦੇ ਵਿੱਚ ਲੱਗਦੀ ਆ। ਵੱਡੀ ਗੱਲ ਇਹ ਆ ਵੀ RDF ਜਿਹੜਾ ਹੈ, RDF ਪਿਛਲੇ ਸੀਜ਼ਨ ਦਾ ਅਜੇ ਤੱਕ ਨਹੀਂ ਪੂਰਾ ਦਿੱਤਾ। RDF 1% ਕਹਿ ਰਹੇ ਲਓ, 2% ਵੱਧ ਲੈ ਰਹੇ ਹੋ, ਕਹਿੰਦੇ ਤੁਸੀਂ 3% ਨਹੀਂ ਦੇਣਾ ਸੀ। ਜਿਹੜਾ ਟੋਟਲੀ ਵਿਧਾਨ ਦੀ ਲੰਘਣਾ, ਜਿਹੜੀ ਟੋਟਲੀ ਸੰਘੀ ਢਾਂਚੇ ਦੇ ਉਲਟਾ, ਜਿਹੜੀ ਟੋਟਲੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਦਖਲ ਅੰਦਾਜ਼ੀ ਆ, ਸੂਬਾ ਸਰਕਾਰ ਜਿਹੜੀ ਹੈ ਹੱਕ ਰੱਖਦੀ ਹੈ ਕੋਈ ਕਾਨੂੰਨ ਬਣਾਉਣ ਦਾ, ਆ ਖਰੀਦਦਾਰ 'ਤੇ ਟੈਕਸ ਲਾਉਣ ਦਾ, ਪਰ ਉਹ ਧੱਕੇ ਨਾਲ ਆਪਣੀ ਮਰਜ਼ੀ ਨਾਲ ਕਹੇ ਤੁਸੀਂ 1% ਦੇਵਾਂਗੇ, 2 ਦੇਣਾ ਹੀ ਨਹੀਂ। ਫਿਰ ਹਿਸਾਬ ਲੈਣ ਵਾਲਾ ਸੈਂਟਰ ਕੌਣ ਹੁੰਦਾ? ਸਾਡੀ ਚੀਜ਼ ਆ, ਸਾਡਾ ਪੈਸਾ ਪੰਜਾਬ ਦਾ, ਅਤੇ ਪੰਜਾਬ ਦੇ ਗਲ 'ਚ ਗੁੱਠਾ ਦੇ ਕੇ ਪੰਜਾਬ ਤੋਂ ਹਿਸਾਬ ਕਿਤਾਬ ਮੰਗਣ ਦੇ ਨਾਂ ਹੇਠ 800 ਕਰੋੜ ਰੁਪਈਆ ਪੰਜਾਬ ਦਾ ਦੱਬੀ ਬੈਠੇ ਨੇ। ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ, ਜੇ ਵਕੀਲ ਜੱਜ ਨਾਲ ਮਿਲ ਜਾਏਗਾ ਫਿਰ ਕੇਸ ਕਿਵੇਂ ਹੱਲ ਹੋਏਗਾ? ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਵਾਅਦਾ ਮਾਫ ਗਵਾਹ ਬਣ ਕੇ ਕੇਂਦਰ ਸਰਕਾਰ ਚੱਲ ਰਹੀ ਆ, ਵਕੀਲ ਜੱਜ ਨਾਲ ਮਿਲਿਆ ਲੱਗਦਾ। ਕਿਉਂਕਿ ਅੱਜ ਤੱਕ 6 ਮਹੀਨਿਆਂ 'ਚ RDF ਦੇ ਵਿਰੋਧ ਦੇ ਵਿੱਚ, ਕੱਲ੍ਹ ਸਿਰਫ ਮੰਤਰੀ ਗਏ ਨੇ ਮਿਲ, 6 ਮਹੀਨਿਆਂ 'ਚ ਕੋਈ ਚਿੱਠੀ ਨਹੀਂ ਪਾਈ, 6 ਮਹੀਨਿਆਂ 'ਚ ਕੋਈ ਮਿਲ ਕੇ ਨਹੀਂ ਆਇਆ। 6 ਮਹੀਨਿਆਂ ਤੋਂ 800 ਕਰੋੜ ਰੁਪਈਆ ਰੱਖੀ ਬੈਠੇ ਨੇ। ਸਵਾਲ 800 ਕਰੋੜ ਦਾ ਨਹੀਂ, ਸਵਾਲ ਸਿਧਾਂਤ ਦਾ, ਸਵਾਲ ਸਾਡੇ ਅਧਿਕਾਰ ਖੇਤਰ ਦੇ ਵਿੱਚ ਦਖਲਦਾਜ਼ੀ ਦਾ, ਸਾਡੇ ਹੱਕ ਖੋਣ ਦਾ, ਸਾਡੇ ਵਿਧਾਨ ਦੀ ਲੰਘਣਾ ਦਾ। ਸੋ ਸਰਵ ਪਾਰਟੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਕੇਸ ਰੱਖਿਆ ਸੀ, ਔਰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਵੀ ਕੀਤੀ ਸੀ ਕਿ ਅੱਜ 800 ਕਰੋੜ ਰੱਖੀ ਬੈਠੇ ਹਾਂ, ਕੱਲ੍ਹ ਨੂੰ ਕੋਈ ਹੋਰ ਆਪਣਾ ਦਖਲ ਦੇਣਗੇ, ਵੀ ਸਾਨੂੰ ਹੁਣੇ ਲੜਾਈ ਲੜਨੀ ਚਾਹੀਦੀ ਆ, ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ, ਤੁਸੀਂ ਰਿਪ੍ਰਜੈਂਟ ਕਰੋ, ਅਗਵਾਈ ਕਰੋ, ਸਾਰੀਆਂ ਪਾਰਟੀਆਂ ਜਾਣ ਨੂੰ ਤਿਆਰ ਨੇ। ਪਰ ਮੁੱਖ ਮੰਤਰੀ ਸਾਹਿਬ ਨੇ ਕੋਈ ਹਾਂ ਪੱਖੀ ਉਦੋਂ ਵੀ ਹੁੰਗਾਰਾ ਨਹੀਂ ਭਰਿਆ, ਉਹ ਤੋਂ ਬਾਅਦ ਆਪ ਵੀ ਯਤਨ ਨਹੀਂ ਕਰਿਆ। ਹੁਣ ਕੱਲ੍ਹ ਵੀ ਇੱਕ ਸਰਸਰੀ ਤੌਰ 'ਤੇ ਇਹ ਮਸਲੇ ਨੂੰ ਉਠਾਇਆ ਗਿਆ, ਗੰਭੀਰਤਾ ਨਾਲ ਨਹੀਂ ਉਠਾਇਆ ਗਿਆ। ਸੋ ਮੈਂ ਕੁੱਲ ਮਿਲਾ ਕੇ ਸਾਡਾ ਕਹਿਣ ਤੋਂ ਭਾਵ ਇਹ ਆ ਕਿ ਇੱਕ ਪਾਸੇ ਕਿਸਾਨ ਸੰਘਰਸ਼ ਦੇ ਵਿੱਚ ਰੁੱਝੇ ਹੋਏ ਨੇ, ਦੂਜੇ ਪਾਸੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਗਲ ਘੁੱਟਣ ਲੱਗੀ ਹੋਈ ਆ, ਜੇਬਾਂ ਨਿਚੋੜਨ ਲੱਗੀ ਹੋਈ ਆ,
ਲੋਕਾਂ ਨੂੰ ਪਰੇਸ਼ਾਨ ਕਰਨ ਲਈ ਲੋਕਾਂ ਨੂੰ ਨਿਚੋੜਨ ਲਈ ਲੱਗੀ ਹੋਈ ਆ। ਸ਼੍ਰੋਮਣੀ ਅਕਾਲੀ ਦਲ ਇਹ ਸਾਰਾ ਕੁਛ ਚੁੱਪ ਕਰਕੇ ਨਹੀਂ ਦੇਖ ਸਕਦਾ। ਸ਼੍ਰੋਮਣੀ ਅਕਾਲੀ ਦਲ ਕੱਲ੍ਹ ਨੂੰ ਜਦੋਂ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਕਰਨ ਦਾ ਵਾਅਦਾ ਕੀਤਾ ਇਹਨਾਂ ਨੇ, ਅੱਜ ਆੜ੍ਹਤੀਆਂ ਨਾਲ ਕਿਸਾਨਾਂ ਨਾਲ ਪੰਜਾਬ ਸਰਕਾਰ ਮਸਲਾ ਹੱਲ ਕਰਾ ਕੇ ਕੱਲ੍ਹ ਨੂੰ ਖਰੀਦ ਸ਼ੁਰੂ ਕਰੇ ਔਰ ਅਸੀਂ ਮੰਡੀਆਂ ਵਿੱਚ ਜਾਣ ਦਾ ਫੈਸਲਾ ਕੀਤਾ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿ ਅਸੀਂ ਪੂਰੀ ਪਹਿਰੇਦਾਰੀ ਕਰਾਂਗੇ ਔਰ ਕਿਸਾਨਾਂ ਦੇ ਹੱਕਾਂ ਲਈ ਲੜਾਂਗੇ ਔਰ ਕੇਂਦਰ ਅਤੇ ਸੂਬਾ ਸਰਕਾਰ ਦੀ ਆਂਢ ਸਾਂਢ ਜਿਹੜੀ ਆ ਇੱਕ ਦੂਜੇ ਨੂੰ ਪਾਸ ਦੇ ਕੇ ਖੇਡਣ ਦੀ, ਇੱਕ ਦੂਜੇ ਨੂੰ ਸਹਾਇਕ ਹੋ ਕੇ ਕਿਸਾਨੀ ਨੂੰ ਲੁੱਟਣ ਦੀ, ਪੰਜਾਬ ਨੂੰ ਬਰਬਾਦ ਅਤੇ ਤਬਾਹ ਕਰਨ ਦੀ, ਇਹ ਤਮਾਸ਼ਾ ਹੁਣ ਹੋਣ ਨਹੀਂ ਦੇਣਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਸੁਚੇਤ ਵੀ ਕਰੇਗਾ, ਲਾਮਬੰਦ ਵੀ ਕਰੇਗਾ ਔਰ ਪੰਜਾਬੀਆਂ ਦੀ ਆਵਾਜ਼ ਬਣ ਕੇ ਜਨਤਾ ਦੀ ਕਚਹਿਰੀ 'ਚ ਜਾ ਕੇ ਖੜੇਗਾ। ਕੱਲ੍ਹ ਤੋਂ ਅਸੀਂ ਮੰਡੀਆਂ ਦਾ ਰਾਊਂਡ ਵੀ ਲਾਉਣਾ ਔਰ ਸਰਕਾਰ ਨੂੰ ਅਸੀਂ ਜ਼ਰੂਰ ਫਿਰ ਅਪੀਲ ਕਰਦੇ ਹਾਂ ਪੰਜਾਬ ਦੀ ਨੂੰ ਕਿ ਉਹ ਜਿਹੜਾ ਪੈਟਰੋਲ ਡੀਜ਼ਲ ਅਤੇ ਸੈੱਸ ਆ ਉਹ ਨਾ ਲਾਵੇ, ਸਟੈਂਪ ਡਿਊਟੀ ਅਤੇ ਸੈੱਸ ਨਾ ਲਾਵੇ। ਪਹਿਲਾਂ ਹੀ ਮਰੇ ਪਏ ਆ, ਪਹਿਲਾਂ ਹੀ ਤੰਗ ਨੇ, ਬਲਕਿ ਵੈਟ ਘਟਾਵੇ ਅਤੇ ਵੈਟ ਜੇ ਪੰਜਾਬ ਸਰਕਾਰ ਘਟਾਏਗੀ ਡੀਜ਼ਲ ਪੈਟਰੋਲ 'ਤੇ ਤਾਂ ਐਕਸਾਈਜ਼ ਡਿਊਟੀ ਘਟਾਉਣ ਲਈ ਕੇਂਦਰ 'ਤੇ ਦਲੀਲ ਰਾਹੀਂ ਅਸੀਂ ਜ਼ੋਰ ਪਾਉਣ ਜੋਗੇ ਰਹਾਂਗੇ ਔਰ ਅਸੀਂ ਇਹ ਵੀ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਪੰਜਾਬੀਆਂ ਦੇ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦੀ ਦਾਖਲ ਅੰਦਾਜ਼ੀ ਰੋਕਣ ਲਈ, ਪੰਜਾਬ ਦੇ ਹੱਕਾਂ ਲਈ ਉਹ ਬਤੌਰ ਮੁੱਖ ਮੰਤਰੀ ਕੇਸ ਪਲੀਡ ਕਰਨ, ਚੁੱਪ ਕਰਕੇ ਨਾ ਬੈਠਣ। ਔਰ ਲੋੜ ਆ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਨ ਨੂੰ ਤਿਆਰ ਆ, ਪਰ ਲੁੱਟ ਨਹੀਂ ਹੋਣ ਦੇਵਾਂਗੇ, ਧੱਕਾ ਨਹੀਂ ਹੋਣ ਦੇਵਾਂਗੇ, ਇਹ ਸਾਡਾ ਕਹਿਣਾ। ਦੇਖੋ ਬਹੁਤ ਸੌਖਾ ਰਾਹ ਸੀ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਵੀ ਇੱਕ ਵਾਰੀ ਇਹ ਮਸਲਾ ਆਇਆ ਸੀ 2009 ਦੇ ਵਿੱਚ, ਜਥੇਦਾਰ ਜੀ ਉਹਨੇ ਵਿੱਚ ਸੀ ਅਤੇ ਉਦੋਂ ਅਸੀਂ ਇਹਨਾਂ ਨੇ ਰਾਹ ਕੱਢਿਆ ਸੀ ਵੀ ਕਿਸਾਨ ਅਤੇ ਆੜ੍ਹਤੀਆ ਆਪਸੀ ਸਹਿਮਤੀ ਨਾਲ ਪੇਮੈਂਟ ਦਾ ਜਿਹੜਾ ਤਰੀਕਾ ਲੱਭ ਲੈਣ, ਆਪਸ਼ਨ ਜਿਹੜੀਆਂ ਉੱਪਰ ਰੱਖ ਲੈਣ, ਆਪਸ਼ਨ ਜਿਹੜੀਆਂ ਕਿਸਾਨ 'ਤੇ ਛੱਡ ਦੇਣ। ਪੰਜਾਬ ਸਰਕਾਰ ਨੇ ਪੀਰੀਅਡ ਦਿੱਤਾ ਸੀ ਵੀ ਕਿਸਾਨ 'ਤੇ ਨਿਰਭਰ ਆ, ਚਾਹੇ ਉਹ ਸਿੱਧੀ ਖਰੀਦ ਕਰ ਲੈ, ਸਿੱਧੀ ਪੇਮੈਂਟ ਲੈ ਲੇ, ਚਾਹੇ ਉਹ ਏਜੰਸੀ ਨਹੀਂ ਲੈ ਲੇ। ਮਤਲਬ ਪੰਜਾਬ ਸਰਕਾਰ ਮਤਲਬ ਇਹ ਕਲੀਅਰ ਸੀ ਵੀ ਕਿਸਾਨ ਨੂੰ ਆਪਸ਼ਨ ਰੱਖਤੀ ਸੀ ਵੀ ਭਾਵੇਂ ਸਿੱਧਾ ਲਵੇ ਭਾਵੇਂ ਆੜ੍ਹਤੀਆਂ ਰਾਹੀਂ ਲਵੇ, ਔਰ ਆੜ੍ਹਤੀਆਂ ਨੇ ਸਹਿਮਤੀ ਪ੍ਰਗਟ ਕਰਤੀ ਸੀ ਇਸ ਨਾਲ। ਠੀਕ ਆ, ਉਸੇ ਆਧਾਰ 'ਤੇ 13 ਨੂੰ ਫੈਸਲਾ, 2013 'ਚ ਹਾਈਕੋਰਟ ਦਾ ਫੈਸਲਾ ਇਹ ਹੋਇਆ ਜਿਹੜਾ ਮੈਂ ਕਹਿੰਦਾ 2009 'ਚ ਅਸੀਂ ਪੀਰੀਅਡ ਦਿੱਤਾ ਪੰਜਾਬ ਸਰਕਾਰ ਨੇ, 2013 'ਚ ਫੈਸਲਾ ਹੋ ਗਿਆ ਹਵਾਂ ਜੋ ਹਾਈਕੋਰਟ ਨੇ ਕਰਤਾ ਵੀ ਕਿਸਾਨ ਦੀ ਮਰਜ਼ੀ ਹੈ। ਨਹੀਂ ਅਸਲ ਅਫਸੋਸ ਹੈ ਇਸ ਗੱਲ ਦਾ ਜਿਹੜਾ ਜਹੇਦਾਰ ਜੀ ਨੇ ਗੱਲ ਦੱਸੀ ਹੈ, ਜਹੇਦਾਰ ਤੋਤਾ ਸੋਹਰਾ ਨੇ ਵੀ ਅਸੀਂ ਹਾਈਕੋਰਟ ਨੇ ਫੈਸਲਾ ਕੀਤਾ ਹੋਇਆ, ਜਿਹੜੇ ਪੰਜਾਬ ਦੇ ਵਜ਼ੀਰ ਗਏ ਬਿਨਾਂ ਦਲੀਲ ਤੋਂ ਗਏ, ਬਿਨਾਂ ਤਿਆਰੀ ਤੋਂ ਗਏ, ਬਿਨਾਂ ਮਤਲਬ ਮਨ ਬਣਾਏ ਤੋਂ ਗਏ, ਇਹ ਆਲਰੇਡੀ ਮਿਲੇ ਹੋਏ ਕਰਕੇ ਬੋਲ ਨਾ ਸਕੇ, ਕਿਉਂਕਿ ਪਹਿਲਾਂ ਮੰਨ ਕੇ ਆਏ ਸੀ ਅੰਦਰ ਖਾਤੇ ਅਤੇ ਸਾਹਮਣੇ ਗੱਲ ਕਰ ਨਾ ਸਕੇ। ਜੇ ਇਹ ਦਲੀਲ ਨਾਲ ਜਾਂਦੇ, ਜੇ ਤਿਆਰੀ ਕਰਕੇ ਜਾਂਦੇ ਜਿਵੇਂ ਬਾਦਲ ਸਾਹਿਬ ਦੇ ਸਮੇਂ ਸਾਡੇ ਵਜ਼ੀਰਾਂ ਨੇ ਤਿਆਰੀ ਕਰਕੇ ਇਹ ਗੱਲ ਸਿਰੇ ਲਾ ਲਈ ਸੀ ਤਾਂ ਕੇਂਦਰ ਕੋਲ ਕੋਈ ਰਾਹ ਨਹੀਂ ਸੀ ਬਿਨਾਂ ਮੰਨੇ। ਮਤ ਜਦੋਂ ਕਹਿੰਦੇ ਜਦੋਂ ਮੀਆਂ ਬੀਬੀ ਰਾਜੀ ਤਾਂ ਕਿਆ ਕਰੇਗਾ ਕਾਜੀ, ਅਤੇ ਆੜ੍ਹਤੀ ਅਤੇ ਕਿਸਾਨ ਜਦੋਂ ਆਪਸੀ ਸਹਿਮਤੀ ਹੋਏਗੀ ਪੇਮੈਂਟ ਦੇ ਤਰੀਕੇ 'ਤੇ ਤਾਂ ਕੇਂਦਰ ਨੂੰ ਦਾਖਲ ਦੇਣਾ ਨਹੀਂ ਚਾਹੀਦਾ, ਇਹ ਅਦਾਲਤ ਦਾ ਫੈਸਲਾ ਅਤੇ ਇਹ ਰੱਖੇ ਨਹੀਂ ਸਕੇ ਕੇਂਦਰ ਉੱਥੇ। ਜੇ ਵਕੀਲ ਜੱਜ ਦੇ ਸਾਹਮਣੇ ਕੇਸ ਹੀ ਨਹੀਂ ਰੱਖੇਗਾ ਤਾਂ ਜੱਜ ਕਿਵੇਂ ਫੈਸਲਾ ਕਰੂਗਾ। ਹਾਂ ਇਹ ਬਹੁਤ ਅਹਿਮ ਮਸਲਾ ਤੁਸੀਂ ਸਾਹਮਣੇ ਸਾਡੇ ਜਿਹੜਾ ਜਾਂਦਾ ਅਸੀਂ ਡਿਸਕਸ ਕੀਤਾ ਅੱਜ ਪਾਰਟੀ ਦੀ ਮੀਟਿੰਗ ਦੇ ਵਿੱਚ ਵੀ, ਪਾਰਟੀ ਫੋਰਮ 'ਤੇ ਵੀ ਇਹ ਵੀ ਪੰਜਾਬ ਨਾਲ ਇੱਕ ਬਹੁਤ ਵੱਡਾ ਨੰਗੇ ਚਿੱਟੇ ਰੂਪ ਦੇ ਵਿੱਚ ਜਿਵੇਂ ਕਹਿੰਦੇ ਬਾੜੀ ਖੇਤ ਨੂੰ ਖਾ ਰਹੀ ਆ, ਚੋਰ ਅਤੇ ਕੁੱਤੀ ਰਲ ਗਏ।
ਤੇ ਪੰਜਾਬ ਦੇ ਕਾਂਗਰਸੀ ਲੀਡਰ ਕਾਂਗਰਸੀ ਵਜ਼ੀਰਾਂ ਦੀ ਮਿਲੀ ਭੁਗਤ ਨਾਲ ਝੋਨੇ ਦੇ ਮਾਮਲੇ ਦੇ ਵਿੱਚ 20 ਲੱਖ ਟਨ ਚੌਲ ਆਇਆ ਪਿਛਲੀ ਵਾਰ ਤੇ ਚਾਵਲ ਆਇਆ ਝੋਨਾ ਵੱਖਰਾ ਤੇ ਇਹਨਾਂ ਨੂੰ ਲਿਮਟ ਜਿਹੜੀ ਆ 12,000 ਕਰੋੜ 14,000 ਕਰੋੜ ਲਿਮਟ ਵਧਾਉਣੀ ਪਈ ਮਤਲਬ ਜਿਹੜੀ ਬੁਆਈ ਆ ਝੋਨੇ ਦੀ ਉਹ ਘੱਟ ਹੋਈ ਸੀ 1,00,000 ਹੈਕਟਰ ਤੇ ਮਤਲਬ ਜਿਹੜੀ ਅੱਗੇ 58,00,000 ਟਨ ਝੋਨਾ ਵੱਧ ਗਿਆ ਬੁਆਈ 1,00,000 ਹੈਕਟਰ ਘਟੀ ਤੇ ਝੋਨਾ 58,00,000 ਟਨ ਵੱਧ ਗਿਆ ਸੋ ਇਹ ਸਰੇਆਮ ਹੀ ਜਾਣੀ ਬਿਹਾਰ ਯੂਪੀ ਤੋਂ ਆਇਆ ਝੋਨਾ ਇੱਥੇ ਵਿਕਿਆ ਹੁਣ ਕਣਕ ਦਾ ਆ ਗਿਆ ਕੱਲ ਹੀ ਕਣਕ ਮਤਲਬ ਉੱਥੇ ਬਠਿੰਡੇ ਵਿੱਚ ਅਬੋਹਰ ਰਾਜਸਥਾਨ ਚੋਂ ਆਈ ਆ ਇੱਧਰ ਆਈ ਆ ਬਿਹਾਰ ਦੇ ਵਿੱਚੋਂ ਸਾਡਾ ਇਹ ਸ਼ਰੇਆਮ ਦੋਸ਼ ਆ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਇਹਦੀ ਜਾਂਚ ਕਰਾਓ ਕਿ ਕਿਹੜੇ ਕਿਹੜੇ ਕਾਂਗਰਸੀ ਵਜ਼ੀਰ ਕਿਹੜੇ ਕਿਹੜੇ ਕਾਂਗਰਸੀ MLA ਕਿਹੜੇ ਕਿਹੜੇ ਕਾਂਗਰਸ ਦੇ ਲੀਡਰ ਇਹ ਮਿਲੀ ਭੁਗਤ ਨਾਲ ਪੰਜਾਬ ਦੇ ਕਿਸਾਨਾਂ ਦਾ ਕਣਕ ਤਾਂ ਖੇਤਾਂ 'ਚੋਂ ਲਿਆ ਕੇ ਮੰਡੀ ਤੱਕ ਲਾਹੁਣ ਨਹੀਂ ਦਿੱਤੀ ਜਾ ਰਹੀ ਅਨਲੋਡ ਨਹੀਂ ਕਰਨ ਦਿੱਤੀ ਜਾ ਰਹੀਆਂ ਟਰਾਲੀਆਂ ਅਤੇ ਯੂਪੀ ਅਤੇ ਬਿਹਾਰ ਮੱਧ ਪ੍ਰਦੇਸ਼ ਤੋਂ ਲਿਆ ਕੇ ਕਣਕ ਦੇ ਢੇਰ ਲਾ ਕੇ ਕਣਕ ਖਰੀਦਣੀ ਸ਼ੁਰੂ ਕਰਤੀ ਇੱਥੇ ਮਤਲਬ ਕਿੰਨਾ ਧੱਕਾ ਹੋ ਰਿਹਾ ਜਾਣੀ ਪੰਜਾਬ ਦੇ ਕਿਸਾਨ ਬੇਬਸ ਕਰਤੇ ਇਹਨਾਂ ਨੇ ਕਾਂਗਰਸੀਆਂ ਦੀ ਇਸ ਲੁੱਟ ਨੇ ਔਰ ਅਸੀਂ ਜਿਹੜੇ ਯੂਪੀ ਬਿਹਾਰ ਤੋਂ ਟਰੱਕ ਆਉਣਗੇ ਹੁਣ ਘੇਰਾਂਗੇ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਨਜਾਇਜ਼ ਮਾਈਨਿੰਗ ਦੇ ਤਰੀਕੇ ਜਿਵੇਂ ਰੇਤਾ ਬਾਜਰੀ ਨਜਾਇਜ਼ ਤੌਰ 'ਤੇ ਮਾਈਨਿੰਗ ਹੋ ਰਹੀ ਆ ਇਸੇ ਤਰ੍ਹਾਂ ਹੁਣ ਨਜਾਇਜ਼ ਬਾਹਰਲੇ ਸੂਬਿਆਂ ਤੋਂ ਲਿਆਉਣ ਕੇ ਪੰਜਾਬ ਦੀਆਂ ਮੰਡੀਆਂ 'ਚ ਕਣਕ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨੀ ਅਤੇ ਹੈਰਾਨੀ ਨਾ ਕੀਤੀ ਜਾਵੇ ਇਹ ਸਾਡੀ ਮੰਗ ਆ ਪਹਿਲਾਂ ਹੀ ਅਗਾਊਂ ਅਸੀਂ ਸਾਵਧਾਨ ਕਰਨਾ ਚਾਹੁੰਦੇ ਹਾਂ ਹੋਰ ਕੋਈ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਵੈਸੇ ਕੁਦਰਤੀ ਤੌਰ 'ਤੇ ਫਸਲ ਵਾਢੀ ਦਾ ਸਮਾਂ ਸੀ ਵਾਢੀ ਕਰਕੇ ਪਹਿਲਾਂ ਹੀ ਰੈਲੀਆਂ ਦੀ ਡੇਟ ਇਹਨਾਂ ਦਿਨਾਂ ਵਿੱਚ ਕੋਈ ਰੱਖੀ ਹੀ ਨਹੀਂ ਸੀ ਇਹ ਵੱਖਰੀ ਗੱਲ ਆ ਕਿ ਸਰਕਾਰ ਨੇ ਜਿਹੜੀਆਂ ਨਵੀਆਂ ਗਾਈਡਲਾਈਨ ਦਿੱਤੀਆਂ ਨੇ ਵੀ ਰੈਲੀਆਂ ਨਾ ਕੀਤੀਆਂ ਜਾਣ ਪਰ ਸਾਨੂੰ ਇਸ ਗੱਲ 'ਤੇ ਹੈਰਾਨੀ ਆ ਵੀ ਜਿਹੜਾ ਰਾਤ ਨੂੰ ਕਰਫਿਊ ਲਾਉਂਦੇ ਆ ਵੀ ਮਤਲਬ ਜਿਹੜਾ ਕਰੋਨਾ ਰਾਤ ਨੂੰ ਚੱਲਦਾ ਦਿਨ 'ਚ ਚੱਲਦਾ ਹੀ ਨਹੀਂ ਮਤਲਬ ਰਾਤ ਨੂੰ ਕਰਫਿਊ ਲਾਉਣ ਦੇ ਕੀ ਅਰਥ ਨੇ ਇਹ ਕਿਸੇ ਨੂੰ ਸਮਝਾ ਨਹੀਂ ਸਕੇ ਨਹੀਂ ਨਹੀਂ ਕਰੋਨਾ 'ਤੇ ਸਾਨੂੰ ਕੋਈ ਸ਼ੰਕਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹ ਵੀ ਕਹਿੰਦੇ ਹਾਂ ਵੀ ਕਰੋਨਾ ਦੀਆਂ ਗਾਈਡਲਾਈਨ ਮੰਨਣੀਆਂ ਚਾਹੀਦੀਆਂ ਕਰੋਨਾ ਦੀਆਂ ਗਾਈਡਲਾਈਨ ਫਾਲੋ ਕਰਨੀਆਂ ਚਾਹੀਦੀਆਂ ਪਰ ਕਰੋਨਾ ਦੀਆਂ ਗਾਈਡਲਾਈਨ ਸਾਰਿਆਂ ਲਈ ਹੋਣੀਆਂ ਚਾਹੀਦੀਆਂ ਨਾ ਕਿ ਇਕੱਲੇ ਅਕਾਲੀ ਦਲ ਲਈ ਹੋਣ ਅਤੇ ਦੂਜਾ ਕੇਵਲ ਅਕਾਲੀ ਦਲ ਦੀਆਂ ਰੈਲੀਆਂ 'ਤੇ ਹੀ ਪਾਬੰਦੀ ਲਾ ਕੇ ਮਤਲਬ ਕਰੋਨਾ ਨਹੀਂ ਨਾ ਹਟ ਸਕਦਾ ਅਤੇ ਕਰੋਨਾ ਨੂੰ ਦੂਰ ਕਰਨ ਦੇ ਹੋਰ ਜਿਹੜੇ ਢੰਗ ਤਰੀਕੇ ਨੇ ਉਹ ਵੀ ਨਾ ਪ੍ਰੋਪਰ ਤੌਰ 'ਤੇ ਅਪਣਾਉਣੇ ਚਾਹੀਦੇ ਆ ਆਹ ਹੁਣ ਸਿਹਤ ਵਿਭਾਗ ਦੇ ਵਿੱਚ 1 ਕਰੋੜ ਰੁਪਏ ਦਾ ਸਕੈਂਡਲ ਆਇਆ ਤੁਸੀਂ ਉਹ ਨੰਗਾ ਕੀਤਾ ਮੀਡੀਆ ਨੇ ਪਰ ਕਿਵੇਂ ਫਰਜ਼ੀ ਫਾਈਲਾਂ ਬਣਾਤੀਆਂ ਅਤੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਤਹਿਤ 1 ਕਰੋੜ ਰੁਪਇਆ ਲੁੱਟ ਲਿਆ ਸਿਹਤ ਸੰਸਥਾਵਾਂ ਨੇ ਅਤੇ ਮੁੱਖ ਮੰਤਰੀ ਸਾਹਿਬ ਚੁੱਪ ਆ ਮੁੱਖ ਮੰਤਰੀ ਸਾਹਿਬ ਨੇ ਅਜੇ ਤੱਕ ਇੱਕ ਸ਼ਬਦ ਨਹੀਂ ਬੋਲਿਆ ਇਸ ਗੱਲ 'ਤੇ ਨਕਲੀ ਕਿੱਟਾਂ ਦਾ ਕਿੰਨਾ ਰੌਲਾ ਪਿਆ ਨਕਲੀ ਕਿੱਟਾਂ ਦਾ ਕਿੰਨਾ ਰੌਲਾ ਪਿਆ ਕੋਈ ਪੜਤਾਲ ਨਹੀਂ ਔਰ ਨਸ਼ੇ ਦੀਆਂ 5 ਲੱਖ ਗੋਲੀਆਂ ਦਾ ਪਹਿਲਾ ਸਕੈਂਡਲ ਆਇਆ ਉਹਦਾ ਕੋਈ ਜਾਂਚ ਨਹੀਂ ਕੋਈ ਬੋਲੇ ਤੱਕ ਨਹੀਂ ਹੈ ਮਤਲਬ ਜਿਹੜਾ ਅਸੀਂ ਇਹ ਕਹਿੰਦੇ ਹਾਂ ਵੀ ਕਰੋਨਾ ਇਕੱਲਾ ਅਕਾਲੀਆਂ ਦੀਆਂ ਰੈਲੀਆਂ ਨਾਲ ਤਾਂ ਨਹੀਂ ਸੀ ਹੋਣ ਲੱਗਿਆ ਪਰ ਅਕਾਲੀ ਦਲ ਦੀਆਂ ਰੈਲੀਆਂ ਜਿਹੜੀਆਂ ਨੇ ਇਹ ਫਸਲ ਦੇ ਕਾਰਨ ਅਸੀਂ ਮੁਲਤਵੀ ਕੀਤੀਆਂ ਨੇ ਅਸੀਂ ਗਾਈਡਲਾਈਨਸ ਵੀ ਲਾਗੂ ਕਰਾਂਗੇ ਫਾਲੋ ਕਰਾਂਗੇ ਔਰ ਅਸੀਂ ਚਾਹੁੰਦੇ ਹਾਂ ਵੀ ਇਹ ਸਾਰੇ ਸਿਸਟਮ ਦੇ ਵਿੱਚ ਸਰਕਾਰ ਦਾ ਸਹਿਯੋਗ ਦਿਆ ਜਾਵੇ ਪਰ ਸਰਕਾਰ ਨੂੰ ਵੀ ਚਾਹੀਦਾ ਵੀ ਇਹ ਇਕੱਲੇ ਅਕਾਲੀਆਂ 'ਤੇ ਲਾਗੂ ਨਾ ਹੋਵੇ ਸਾਰਿਆਂ 'ਤੇ ਹੋਣਾ ਚਾਹੀਦਾ ਹੁਣ ਤੁਸੀਂ ਰਾਤ ਨੂੰ ਦੇਖ ਲਓ ਟੈਲੀਵਿਜ਼ਨ ਸਾਰੇ ਚੱਲਦੇ ਨੇ ਵੀ ਆਮ ਦੁਕਾਨਾਂ ਬੰਦ ਨੇ ਅਤੇ ਠੇਕੇ ਸ਼ਰਾਬ ਦੇ ਖੁੱਲ੍ਹੇ ਨੇ ਪਰ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਨੇ ਅਤੇ ਆਮ ਕਾਰੋਬਾਰੀਆਂ ਲਈ ਕਾਰੋਬਾਰ ਬੰਦ ਨੇ ਲੈਣਾ ਲੱਗੀਆਂ ਨੇ ਇਹ ਤਾਂ ਉਹਨਾਂ ਦਾ ਨਿੱਜੀ ਮਾਮਲਾ ਦੇਖੋ ਹਰ ਬੰਦੇ ਪਾਰਟੀਆਂ ਦੇ ਵਿੱਚ ਹਰ ਇੱਕ ਨੂੰ ਹੱਕ ਆ ਵੀ ਕੀ ਸਟ੍ਰੈਟਜੀ ਬਣਾਉਣੀ ਆ ਕਿਹਦੇ ਨਾਲ ਜਾਣਾ ਕਿਹਦੇ ਨਾਲ ਨਹੀਂ ਜਾਣਾ ਇਹ ਉਹਨਾਂ ਦਾ ਆਪਣਾ ਮਾਮਲਾ ਚੌਥਾ ਫੰਡ ਬਣੂਗਾ ਤੇ ਪੰਜਾਬ ਦਾ ਅਸੀਂ ਰਹਿ ਗਿਆ ਭਲਾ ਕਰਾਂਗੇ ਕਹਿੰਦੇ
देखो गल ये आ वी पंजाब दे लोकां ने हमेशा एक पासड़ फैसले किते ने, पंजाब दे लोक दे दुबधा च नहीं रहे। अज जो स्थिति आ, जिस तरह कांग्रेस तो लोग सताए हुए ने, तंग आए हुए ने, लोग अपने आप नूं लुट्टिया होया महसूस कर रहे ने, लोगों नूं महसूस हो रहा भी साढ़े नाल विश्वासघात हो गया, वो जगजार हो गए कांग्रेस के काले कारनामे झूठ ते कांग्रेस तो खड़ा छड़ाना चाहते ने लोग। तो दूजे पासे केजरीवाल साहब जिहड़े ने उन्होंने तो वैसे ही दोगली नीति, उन्हों का वैसे ही दोगली चेहरा, दिल्ली कुछ बोलते हैं, पंजाब कुछ बोलते हैं। इसलिए अकाली दल एक ऐसी पार्टी है जिहड़ी जो कहती है वह करती है। अकाली दल एक ऐसी पार्टी है जिहड़ी पंजाब के हकों की पहरेदार आ, और केवल तो केवल जे पंजाबियों की पार्टी के तौर पर पहचान आ तो अकाली दल की आ, क्योंकि अकाली दल ने पंजाब के पानी लई, पंजाब के इलाकों लई, पंजाबी बोली लई, पंजाब के हर मसले लई जे लड़ाई किसी ने लड़ी आ तो अकालिया ने लड़ी आ। इस करके लोग अकालिया नूं पंजाब की पार्टी मानते ने। देखो अकाली दल तो देता दरवाजे खुले, अकाली दल तो कदे किसी लई जिहड़ा अकाली सोच नूं, अकाली सिधांत नूं, अकाली प्रोग्राम नूं मन्नेगा वो कोई भी अकाली दल लई तां आ सकदा, किसी लई दरवाजे बंद नहीं दरवाजे। वैसे जो फ्रंट बनाउणगे कहिंदे वी अकाली सोच नूं अगे ले जाणा, फिर अकाली दल दा प्रोग्राम सारे फ्रंट ते लागू करनगे ढींसे साहब? अकाली दल दी सोच नूं अगे ले जाणा, अकाली दल ले जा नहीं सकिया, असीं तां चौथा फ्रंट बनाउणा। फिर चौथे फ्रंट ते लागू होऊगा अकाली दल दा सारा प्रोग्राम जिहड़ा होऊगा? सारे अकाली दल नूं लै जाणगे जिहड़े 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 उन्हां च कि वह ना भुल्लर साहब भज जाण जिहड़े विच आ उन्हां दे, वह भी मैं संत लगदा एक दो भज्जण लगे आ। होर कोई? होर जी कोई? थैंक यू जी। ब्यूरो फिर अचानक न्यूज़।